ਸਮਾਣੇ ਵਿੱਚ ਪਾਪੜ ਵੇਚ ਕੇ ਗੁਜ਼ਾਰਾ ਕਰਨ ਵਾਲੀ ਬੱਚੀ ਜਸਵਿੰਦਰ ਕੌਰ ਦੇ ਘਰ ਦੀ ਕਾਰ ਸੇਵਾ ਜੋ ਕਿ ਬਾਬਾ ਜਸਦੀਪ ਸਿੰਘ ਜੀ ਜਗਾਦਰੀ ਵਾਲਿਆਂ ਵੱਲੋਂ ਆਰੰਭ ਕੀਤੀ ਗਈ ਹੈ ਉਸ ਨੂੰ ਅੱਗੇ ਵਧਾਉਂਦਿਆਂ ਹੋਇਆਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਹੱਥੀਂ ਇੱਟ ਰੱਖ ਕੇ ਕਾਰ ਸੇਵਾ ਨੂੰ ਅੱਗੇ ਵਧਾਇਆ ਸਿੰਘ ਸਾਹਿਬ ਜੀ ਨੇ ਪਰਿਵਾਰ ਦੀ ਹੌਸਲਾ ਅਫਜਾਈ ਕੀਤੀ ਅਤੇ ਬੱਚੀ ਜਸਵਿੰਦਰ ਕੌਰ ਨੂੰ ਪੜ੍ਹਾਈ ਮੁਕੰਮਲ ਕਰਨ ਦੀ ਪ੍ਰੇਰਣਾ ਦਿੱਤੀ ਨਾਲ ਹੀ ਬਾਬਾ ਜਸਦੀਪ ਸਿੰਘ ਜਗਾਦਰੀ ਵਾਲਿਆਂ ਵੱਲੋਂ ਨਿਭਾਈ ਜਾ ਰਹੀ ਗੁਰਸਿੱਖ ਪਰਿਵਾਰ ਦੀ ਸੇਵਾ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਨਾਲੇ ਕਿਹਾ ਕਿ ਸੰਗਤ ਨੂੰ ਇਸ ਸੇਵਾ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰਨਾ ਚਾਹੀਦਾ ਹੈ ਬਾਬਾ ਜਸਦੀਪ ਸਿੰਘ ਨੇ ਦੱਸਿਆ ਕਿ ਇਹ ਸੇਵਾ 3-4 ਮਹੀਨੇ ਤੱਕ ਮੁਕੰਮਲ ਕਰ ਦਿੱਤੀ ਜਾਵੇਗੀ ਇਸ ਸੇਵਾ ਕਾਰਜ ਵਿੱਚ ਸੰਗਤ ਵੱਧ ਚੜ੍ਹ ਕੇ ਸਹਿਯੋਗ ਕਰ ਰਹੀ ਹੈ ਇਸ ਤੋਂ ਇਲਾਵਾ ਜਗਾਦਰੀ ਵਿੱਚ ਇੱਕ ਹੋਰ ਨਵੇਂ ਘਰ ਦੀ ਸੇਵਾ ਆਰੰਭ ਕਰ ਦਿੱਤੀ ਗਈ ਹੈ ਇੱਕ ਲਾਂਗਰੀ ਪਰਿਵਾਰ ਦਾ ਘਰ ਬਣ ਕੇ ਤਿਆਰ ਹੈ ਜਿਸ ਦਾ ਉਦਘਾਟਨ ਜਲਦ ਹੀ ਕੀਤਾ ਜਾਵੇਗਾ ਇਸ ਤੋਂ ਇਲਾਵਾ ਜਗਾਦਰੀ ਵਿਖੇ 5 ਘਰਾਂ ਦੀ ਸੇਵਾ ਜਾਰੀ ਹੈ ਇਸ ਮੌਕੇ 'ਤੇ ਘਰ ਦੀ ਕਾਰ ਸੇਵਾ ਵਾਸਤੇ ਸਰਦਾਰ TP ਸਿੰਘ ਅਮਰੀਕਾ ਵੱਲੋਂ 5,000 ਇੱਟਾਂ ਦੀ ਸੇਵਾ ਅਤੇ ਗਗਨਦੀਪ ਸਿੰਘ ਅੰਬਾਲਾ ਵੱਲੋਂ 100 ਬੈਗ ਸੀਮੈਂਟ ਸਰਪੰਚ ਕੰਵਰਦੀਪ ਸਿੰਘ ਮੁੰਡੀ ਵੱਲੋਂ 11,000 ਸਰਪੰਚ ਹਰਦੇਵ ਸਿੰਘ ਵੱਲੋਂ 11,000 ਦੀ ਸੇਵਾ ਕੀਤੀ ਗਈ ਹਮੇਸ਼ਾ ਹੀ ਲੋੜਵੰਦਾਂ ਜਾਚਕਾਂ ਅਧਿਆਪਕਾਂ ਦੀ ਸਹਾਇਤਾ ਕਰਨ ਵਾਸਤੇ ਸਾਨੂੰ ਪ੍ਰੇਰਨਾ ਮਿਲਦੀ ਹੈ ਇਹ ਸਾਡੇ ਗੁਰੂ ਸਾਹਿਬ ਦਾ ਆਦੇਸ਼ ਹੈ ਜਿੱਥੇ ਵੀ ਕਿਤੇ ਲੋੜਵੰਦ ਕੋਈ ਜਾਚਕ ਅਧਿਆਪਕ ਦਿਖਾਈ ਦੇ ਲਈ ਉਹਦੀ ਸਹਾਇਤਾ ਦੇ ਲਈ ਕਰਨੀ ਸਿੱਖਣਾ ਫਰਜ਼ ਹੈ ਖੁਸ਼ੀ ਹੈ ਕਿ ਬਾਬਾ ਜਸਦੀਪ ਸਿੰਘ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਮਹਾਨ ਸੰਦੇਸ਼ਾਂ ਦੇ ਅਨੁਸਾਰ ਲੋੜਵੰਦਾਂ ਜਾਚਕਾਂ ਨੂੰ ਜਿਨ੍ਹਾਂ ਨੂੰ ਮਕਾਨ ਦੀ ਜ਼ਰੂਰਤ ਸੀ ਜਾਂ ਜਿਨ੍ਹਾਂ ਦੇ ਮਕਾਨ ਦੀ ਰਹਿਣ ਦੀ ਵੀ ਕਾਬਲ ਨਹੀਂ ਸੀ ਉਹਨਾਂ ਨੂੰ ਨਵੇਂ ਮਕਾਨ ਬਣਾ ਕੇ ਦੇਣ ਦਾ ਪਹਿਲਾ ਜਿਹੜਾ ਸ਼ਕਨ ਪ੍ਰਾਰੰਭ ਕੀਤਾ ਇਸ ਦੀ ਲੜੀ ਦੇ ਤਹਿਤ ਅੱਜ ਸਮਾਣਾ ਵਿਖੇ ਜੋ ਬੱਚੀ ਹੈ ਜਸਵਿੰਦਰ ਕੌਰ ਉਹਦੇ ਪਰਿਵਾਰ ਨੂੰ ਮਕਾਨ ਦੀ ਬੜੀ ਜ਼ਰੂਰਤ ਸੀ ਲੋੜਵੰਦ ਪਰਿਵਾਰ ਸੀ ਮਾਤਾ ਜਸਦੀਪ ਸਿੰਘ ਜੀ ਨੇ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਬੱਚੀ ਵਾਸਤੇ ਇਸ ਬੱਚੀ ਦੇ ਪਰਿਵਾਰ ਵਾਸਤੇ ਨਵਾਂ ਮਕਾਨ ਬਣਾਉਣ ਦੇ ਲਈ ਪੱਤਰ ਲਿਖੇ ਇਸ ਗੱਲ ਕਰਨਾ ਦਿੰਦਾ ਔਰ ਨਾਲ ਹੀ ਸਿੱਖ ਸੰਗਤਾਂ ਨੂੰ ਮੈਂ ਇਹ ਬੇਨਤੀ ਕਰਦੀ ਹਾਂ ਕਿ ਵੱਧ ਤੋਂ ਵੱਧ ਸਿੱਖ ਸੰਗਤਾਂ ਦੇ ਉਹ ਇਸ ਕਾਰਜ ਦੇ ਵਿੱਚ ਆਪਣੀ ਜਥਾ ਸ਼ਕਤੀ ਦਾਨ ਵੀ ਪਾਉਣ ਅਤੇ ਗੁਰੂ ਕੇ ਸਿੱਖਾਂ ਨੂੰ ਲੋੜਵੰਦਾਂ ਦੀ ਮਦਦ ਜਿਹੜੀ ਜ਼ਰੂਰ ਕਰਨੀ ਚਾਹੀਦੀ ਹੈ ਕਿਸੇ ਨੂੰ ਪੜ੍ਹਾਈ ਵਾਸਤੇ ਪੈਸੇ ਦੀ ਲੋੜ ਹੈ ਪੜ੍ਹਾਈ ਵਾਸਤੇ ਪੈਸੇ ਦਿੱਤੇ ਜਾਣੇ ਚਾਹੀਦੇ ਹੈ ਕਿਸੇ ਬਿਮਾਰ ਸ਼ਮਾਰ ਨੂੰ ਦਵਾਈਆਂ ਦੀ ਲੋੜ ਹੈ ਇਲਾਜ ਦੀ ਲੋੜ ਹੈ ਉਹਦੇ ਲਈ ਇਲਾਜ ਦੇ ਪ੍ਰਬੰਧ ਹੋਣੇ ਚਾਹੀਦੇ ਨੇ ਅੱਜ ਅਜਿਹੀਆਂ ਸੇਵਾਵਾਂ ਤੁਸੀਂ ਕਰਨ ਸਾਡੇ ਸਾਰੇ ਸਿੱਖ ਬਿਊਰੋ ਰਿਪੋਰਟ ਲੁਧਿਆਣਾ ਟਾਈਮਸ ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲੋ।